ਫਿਰ ਤੁਸੀਂ ਕਹਿ ਰਹੇ ਹੋ ਸੱਭਿਆਚਾਰ ਵਿਗੜ ਗਿਆ, ਹੁਣ ਆਪ ਹੀ ਤੁਸੀਂ ਕਹੀਏ ਨਾ ਸ਼ਰਾਬ ਵਾਲਾ ਗਾਣਾ ਗਾ, ਬੰਦਾ ਕੀ ਕਰੇ। ਸਬਸਕ੍ਰਾਈਬ ਕਰੋ ਸੁਖ ਜਿਹੜੀ ਲਾਈਵ ਚੈਨਲ ਨੂੰ ਅਤੇ ਨਾਲ ਲੱਗੀ ਥੋੜ੍ਹੀ ਜਿਹੀ ਘੰਟੀ ਨੂੰ ਦਬਾਓ ਮਾਨ ਸਾਹਿਬ ਦੀਆਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ। ਹਾਂਜੀ ਦੋਸਤੋ, ਸਵਾਗਤ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੁਖ ਜਿਹੜੀ ਲਾਈਵ ਦੇ ਵਿੱਚ। ਦੋਸਤੋ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਵੀ ਮਾਨ ਸਾਹਿਬ ਦੇ ਕੱਟਰ ਫੈਨ ਇਸ ਸਮੇਂ ਵੀਡੀਓ ਨੂੰ ਦੇਖ ਰਹੇ ਆ ਤਾਂ ਸਭ ਤੋਂ ਪਹਿਲਾਂ ਲਾਈਕ ਦੱਬ। ਦੋਸਤੋ, ਜਿਵੇਂ ਤੁਹਾਨੂੰ ਪਤਾ ਸੋਸ਼ਲ ਮੀਡੀਆ 'ਤੇ ਹਮੇਸ਼ਾ ਹੀ ਇਹ ਚਰਚਾ ਛਿੜੀ ਰਹਿੰਦੀ ਹੈ ਕਿ ਪੰਜਾਬੀ ਗੀਤਾਂ ਨੇ ਸਮਾਜ ਵਿਗਾੜਿਆ ਆ, ਅਤੇ ਇੱਥੇ ਮਾਨ ਸਾਹਿਬ ਨੂੰ ਕੱਲ੍ਹ ਇੱਕ ਵਿਆਹ ਦੇ ਵਿੱਚ ਸ਼ਰਾਬ ਵਾਲੇ ਗੀਤ ਗਾਉਣ ਲਈ ਕਿਹਾ ਗਿਆ ਅਤੇ ਮਾਨ ਸਾਹਿਬ ਨੇ ਸਿੱਧਾ ਹੀ ਮਨ੍ਹਾ ਕਰ ਦਿੱਤਾ। ਅਤੇ ਹੁਣ ਇਹ ਚੀਜ਼ ਨੂੰ ਵੀ ਮਾਨ ਸਾਹਿਬ ਜੀ ਨੂੰ ਸ਼ੇਅਰ ਕਰੋ, ਕਿਉਂਕਿ ਹਮੇਸ਼ਾ ਹੀ ਬੱਬੂ ਮਾਨ ਬਾਰੇ ਯੂਟਿਊਬ ਜਾਂ ਕਿਸੇ ਵੀ ਸੋਸ਼ਲ ਪਲੇਟਫਾਰਮ 'ਤੇ ਸਭ ਤੋਂ ਪਹਿਲਾਂ ਬੱਬੂ ਮਾਨ ਬਾਰੇ ਬੋਲਿਆ ਜਾਂਦੇ ਆ ਕਿ ਇਹਨੇ ਹਥਿਆਰਾਂ ਵਾਲੇ ਗੀਤ ਗਾਏ ਆ, ਸ਼ਰਾਬ ਵਾਲੇ ਗਾਏ ਆ। ਅਤੇ ਹੁਣ ਇਸ ਚੀਜ਼ ਨੂੰ ਵੀ ਸ਼ੇਅਰ ਕਰ ਦਿਓ ਤੁਸੀਂ ਕਿ ਉਹਨਾਂ ਨੇ ਮਨ੍ਹਾ ਹੀ ਕਰਤਾ, ਅਤੇ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਮੇਰੇ ਇੱਦਾਂ ਦੇ ਗੀਤ ਆ ਜਾਂ ਹੁਣ ਵੀ ਮੈਂ ਜਿੰਨੇ ਗਾ ਕੇ ਚੱਲਿਆ ਇਹਨਾਂ ਨੂੰ ਇੱਥੇ ਹੀ ਸੁਣ ਕੇ ਛੱਡ ਜਾਣਾ। ਅਤੇ ਹੁਣ ਦੋਸਤੋ, ਤੁਹਾਡਾ ਟਾਈਮ ਜ਼ਿਆਦਾ ਨਾ ਲੈਂਦੇ ਅਤੇ ਤੁਹਾਨੂੰ ਸਿੱਧੀ ਵੀਡੀਓ ਵੱਲ ਝਲਕ ਮਰਾਉਂਦੇ ਹਾਂ। ਅਤੇ ਜੇ ਤੁਸੀਂ ਹਜੇ ਤੱਕ ਇਸ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਲਾਈਕ ਕਰ ਦਿਓ, ਅਤੇ ਆਪਾਂ ਇਸ ਵੀਡੀਓ 'ਤੇ 1000 ਲਾਈਕਸ ਦਾ ਏਮ ਰੱਖਦੇ ਹਾਂ, ਮੈਨੂੰ ਪਤਾ ਤੁਸੀਂ ਕਰ ਦੇਣਾ। ਫਿਰ ਗਿਰਨੇ ਪੌਂਡ ਤੇ ਡਾਲਰ ਨਹੀਂ ਲਾਦੂ ਘਰ ਨੂੰ ਨੋਟਾਂ ਦੀ ਚਾਲਰ ਦੀ। ਅੱਜ ਗੱਲ ਕਰਦੇ ਸਰਕਾਰ ਵੱਲੋਂ ਹੀ ਉਦਾਂ ਇੱਕ ਨੋਟਿਸ ਹੈ ਵੀ ਇਹਦੇ ਦੇ ਗਾਣੇ ਨਾ ਗਾਓ, ਇੱਕ ਤਾਂ ਲਾ ਦਿੰਦਾ ਮੈਂ, ਪਰ ਤੁਸੀਂ ਅਕਲ ਵਾਲੇ ਗਾਣੇ ਸੁਣ ਲਓ ਯਾਰ ਮੇਰੇ ਤੋਂ, ਹੋਰ ਵੀ ਬਹੁਤ ਗਾਣੇ ਆ ਗੁਰਸਦਾਰ ਜੀ, ਅਕਲ ਵਾਲੇ ਸੁਣ ਲਓ, ਛੱਡੋ ਹੋਰ ਬਥੇਰੇ ਚੱਲ। ਮੈਂ ਵੀ ਮੈਚਿਓਰ ਹੋ ਗਿਆ, ਤੁਸੀਂ ਵੀ ਮੈਚਿਓਰ ਹੋ ਗਏ। ਹਾਂਜੀ ਭਾਜੀ, ਹਾਂ ਤੁਪਕਾ ਤੁਪਕਾ ਸੁਣ ਲਓ, ਵੈਸੇ ਤਾਂ ਸ਼ਰਾਬ ਵਾਲੇ ਵੀ ਨਾ ਹੀ ਸੁਣੋ ਤਾਂ ਚੰਗਾ, ਕਿਉਂਕਿ ਇਹਦੇ 'ਚ ਕੁਛ ਨਹੀਂ ਰੱਖਿਆ। ਚਲੋ ਤੁਹਾਡੀ ਮਰਜ਼ੀ, ਤੁਸੀਂ ਬੁਲਾਇਆ ਤਾਂ ਹੁਣ ਗਾਉਣਾ ਤਾਂ ਪੈਣਾ, ਪਰ ਅੱਛਾ ਕਿਹੜਾ ਸੁਣਨਾ ਸਰਦਾਰ ਜੀ, ਤੁਪਕਾ ਤੁਪਕਾ? ਜਿਹੜੇ ਗੀਤ ਮੈਂ ਗਾਉਣੇ ਆ ਇਹ ਇੱਥੇ ਛੱਡ ਜਾਣੇ ਆ, ਇਹਨਾਂ 'ਤੇ ਅਮਲ ਨਹੀਂ ਕਰਨਾ, ਚੰਗੇ ਕਰਮ ਕਰਨੇ ਆ। ਬਾਬਾ ਜੀ ਨੂੰ ਮੱਥਾ ਟੇਕੋ, ਰੱਬ ਦਾ ਨਾਂ ਲਓ, ਪਿੰਡ 'ਚ ਬੂਟੇ ਲਾਓ, ਜਿਹੜੇ ਨਸ਼ੇੜੀਆਂ ਨੂੰ ਚੱਕ ਕੇ ਹੱਥ ਨਾਲ ਛੱਡ ਕੇ ਆਓ, ਉਹਨਾਂ ਨੂੰ ਦੇ ਨਾਂ ਲੈ ਕੇ ਆਓ, ਠੀਕ ਹੈ ਜੀ? ਜ਼ਿਆਦਾ ਚਮਲਾਉਟ ਕਰਦੇ ਆ, ਕਈ ਇਸੇ ਚੌਰ 'ਚ ਪੀ ਜਾਂਦੇ ਵੀ ਦੇਖੀ ਅੱਖ ਖੜੀ ਆ ਤੇਰੇ ਪੀਰ ਦੀ, ਲੈ ਅੱਖ ਤਾਂ ਵੈਸੇ ਖੜ ਜਾਂਦੀ ਹੈ। ਅਤੇ ਜਿਵੇਂ ਹੁਣ ਤੁਸੀਂ ਪੂਰੀ ਵੀਡੀਓ ਦੇਖ ਲਈ ਹੈ ਅਤੇ ਹੁਣ ਕਮੈਂਟਾਂ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ, ਅਤੇ ਇਸ ਵੀਡੀਓ 'ਤੇ ਘੱਟੋ ਘੱਟ 1000 ਲਾਈਕ ਦਾ ਆਪਾਂ ਏਮ ਰੱਖਦੇ ਹਾਂ, ਮੈਨੂੰ ਪਤਾ ਤੁਸੀਂ ਕਰ ਦੇਣੇ, ਕਿਉਂਕਿ ਮਾਨ ਸਾਹਿਬ ਦੇ ਕੱਟੜ ਫੈਨ ਨੇ ਲਾਈਕ ਕਰਨਾ ਹੀ ਕਰਨਾ ਆ। ਅਤੇ ਇਸ ਚੀਜ਼ ਨੂੰ ਹੁਣ ਵੱਧ ਤੋਂ ਵੱਧ ਸ਼ੇਅਰ ਕਰਿਓ।